फराजदार पे मीसम बयान देते हैं, रहेगा नाम अली हम जबान देते हैं। क्यों मैं अगर सारे बोलो अद क्यों नहीं बोले सारे की गल परेशानी तो नहीं, क्योंकि तुम ये सोचते हो कि एक माड़ा जहा बंदा कवाल है खैरे आखी आता तो आखी जाए नहीं। जे तुहानू मुहम्मद मुस्तफा खड़ते फिर आखोगे कि नहीं, ते फिर जे ना आख्या तो फिर इतने भी ढोई कोई नहीं, अगे भी ढोई कोई नहीं। हाथ फड़ के नबी ने आख आए, हाथ फड़ के नबी ने आख आए, मन कुल लगा अली अली
ਮੇਰਾ ਦਿਲ ਕੋਈ ਚੀਜ਼ ਸੁਣ ਲੈਣ ਕਿਉਂਕਿ ਮੇਰੇ ਅੱਗੇ ਨਾ ਹੋ ਸਾਹਿਬ ਅੱਗੇ ਕਿਉਂਕਿ ਉਹਨਾਂ ਦਿਨ ਹਜਾਬ ਨਾ ਬਣੋ ਮੇਰਾ ਕਿਉਂਕਿ ਮੇਰੇ ਜ਼ਿਹਨ ਨੂੰ ਮੁਤਮਿਨ ਰਹਿਣ ਦੇ ਕਿਉਂਕਿ ਜਿਹੜਾ ਪੈਗਾਮ ਹੈ ਸਾਰਿਆਂ ਤੱਕ ਪਹੁੰਚੇ ਇਹ ਤੇ ਮਿਲਦੇ ਰਹਿੰਦਾ ਸਦਕਾ ਮੁਹੰਮਦ ਮੁਸਤਫਾ ਦਾ ਕਿਉਂ ਜੀ ਅੱਲਾ ਨੇ ਜਦੋਂ ਅੱਛਾ ਪੈਗਾਮ ਦਿੱਤਾ ਨਾ ਉਦੋਂ ਅੱਲਾ ਨੇ ਫਰਮਾਇਆ ਯਾ ਅਯੂ ਹੱਲਦੀਨ ਅਮਨੂ ਜਦੋਂ ਵੀ ਅੱਛਾ ਪੈਗਾਮ ਆਇਆ ਆਮਾ ਨੂੰ ਵਾਸਤੇ ਆਇਆ ਤੇ ਜਦੋਂ ਬੇਮੁਰਾਦਾਂ ਵਾਸਤੇ ਪੈਗਾਮ ਆਇਆ ਨਾ ਉਦੋਂ ਅੱਲਾ ਨੇ ਫਰਮਾਇਆ ਤਬਤ ਯਦਾ ਅਬਿਲਾ ਅਬਿਲਾ ਬੇਟੇ ਬਹਿ ਜਾਓ ਕੀ ਗੱਲ ਹੈ ਤੁਹਾਨੂੰ ਅਹਲੇ ਈਮਾਨ ਅਹਲੇ ਈਮਾਨ ਕਹੇ ਯਹੀ ਸੇਵਾ ਅਹਲੇ ਈਮਾਨ ਕਹੇ ਯਹੀ ਸੇਵਾ ਮੁਸਕੁਰਾ ਮੁਸਕੁਰਾ ਕਰ ਇਬਾਦਤਾਂ ਬਹੁਤ ਸਾਰੀਆਂ ਨੇ ਇਬਾਦਤਾਂ ਬੜੀਆਂ ਨੇ ਬੈਤੁੱਲਾ ਜਾਣਾ ਇਹ ਵੀ ਇਬਾਦਤ ਮੈਂ ਇੱਕ ਇਮਾਮ ਹੁਸੈਨ ਦਾ ਇਸ ਤੋਂ ਬਾਅਦ ਫਿਕਰਾ ਕਿਹਾ ਕਿ ਤੁਸੀਂ ਮੈਨੂੰ ਕਹਿਣਾ ਨਹੀਂ ਕਿਉਂਕਿ ਵੀਡੀਓ ਹੁੰਦਾ ਪਿਆ ਉਹ ਕਹਿ ਕੇ ਮੈਂ ਛੱਡਣਾ ਮੌਲਾ ਤੋਂ ਬਾਅਦ ਮੌਲਾ ਦਾ ਜ਼ਿਕਰ ਕਰਕੇ ਹਜੇ ਬੈਤੁੱਲਾ ਵੀ ਇਬਾਦਤ ਅੱਲਾ ਦਾ ਜ਼ਿਕਰ ਵੀ ਇਬਾਦਤ ਮੁਹੰਮਦ ਮੁਸਤਫਾ ਦਾ ਜ਼ਿਕਰ ਵੀ ਇਬਾਦਤ ਮਾਂ ਬਾਪ ਦੀ ਖਿਦਮਤ ਕਰਨੀ ਇਬਾਦਤ ਇੱਕ ਹੋਰ ਵੀ ਹੈ ਜਿਹੜੀ ਮੈਂ ਤੁਹਾਡੇ ਪੇਸ਼ ਕਰਨ ਲੱਗਾ ਮੁਹੰਮਦ ਮੁਸਤਫਾ ਦੇ ਮੁਨਕਰ ਤੋਂ ਬੇਜ਼ਾਰ ਹੋਣਾ ਇਹ ਵੀ ਹੈ ਇਬਾਦਤ ਮੁਹੰਮਦ ਮੁਸਤਫਾ ਦੇ ਮੁਨਕਰ ਤੋਂ ਬੇਜ਼ਾਰ ਹੋਣਾ ਇਹ ਵੀ ਐਨ ਇਬਾਦਤ ਹੈ ਕਿਉਂਕਿ ਅੱਲਾ ਨੇ ਬੇਜ਼ਾਰ ਹੋ ਕੇ ਦੱਸਿਆ ਅੱਲਾ ਦਾ ਕਿ ਅਬੂ ਲਾਬ ਸ਼ਾਲਾ ਤੇਰੇ ਹੱਥੀ ਨਾ ਲੈ ਜਾਣ ਕਿ ਜਿਹੜੇ ਮੇਰੇ ਮੁਸਤਫਾ ਦੇ ਉੱਠੇ ਨੇ ਅੱਲਾ ਆਖਿਆ ਜਿਹੜਾ ਹੁਣ ਦਾ ਜੀ ਅਬੂ ਲਾਬ ਹੈ ਉਹਦੇ ਤੋਂ ਮੈਂ ਬੇਜ਼ਾਰ ਹੋਇਆ ਜੇ ਕੋਈ ਅੱਗੋਂ ਹੋ ਗਿਆ ਤਾਂ ਉਹਦੇ ਤੋਂ ਤੁਸੀਂ ਹੋ ਜਾਏ ਜੇ ਇੰਨੀ ਗੱਲ ਹਜ਼ਰਤ ਖਾਜਾ ਮੇਰ ਅਲੀ ਸ਼ਾਹ ਸਾਹਿਬ ਨੇ ਹਦੀਸ ਮੁਸਤਫਾ ਪੇਸ਼ ਕੀਤੀ ਉਹ ਕਹਿੰਦੇ ਨੇ ਲਾਹਮਾ ਕਾ ਲਾਹਮੀ ਜਿਸਮਾ ਕਾ ਜਿਸਮੀ ਫਰਕ ਨਹੀਂ ਮਾਬੈਨ ਪੀਆ।